ਡੈਫ ਐਂਡ ਬਲਾਈਂਡ ਸਕੂਲ ਦੇ ਬੱਚਿਆਂ ਦਾ ਜਨਮ ਦਿਨ ਪਟਿਆਲਾ ਦੀ ਅਮਰ ਆਸ਼ਰਮ ਸੁਸਾਇਟੀ ਦੇ ਚੇਅਰਮੈਨ ਅਤੇ ਸ੍ਰੀ ਗੁਰੂ ਅਰਜਨ ਕੀਰਤਨ ਮੰਡਲ ਦੇ ਮੈਂਬਰਾਂ ਵੱਲੋਂ ਸਪੈਸ਼ਲ ਬੱਚਿਆਂ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਿਸ ਨੂੰ ਸਭ ਨੇ ਕਾਫੀ ਪਸੰਦ ਕੀਤਾ ਅਤੇ ਸਮਾਗਮ ਦੌਰਾਨ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕਰਨਲ ਕਰਮਿੰਦਰ ਸਿੰਘ ਅਤੇ ਸ੍ਰੀ ਗੁਰੂ ਅਰਜਨ ਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਇਸ ਸਾਰੇ ਸਮਾਗਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਬੱਚੇ ਸਮਾਜ ਦਾ ਅਨਿੱਖੜਵਾਂ ਅੰਗ ਨੇ ਅਤੇ ਸਾਡਾ ਸਾਰਿਆਂ ਦਾ ਇਹ ਨੈਤਿਕ ਫਰਜ਼ ਬਣਦਾ ਕਿ ਅਸੀਂ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰੀਏ ਅਤੇ ਇਹਨਾਂ ਦਾ ਵੀ ਜਨਮ ਦਿਹਾੜਾ ਆਪਣੇ ਬੱਚਿਆਂ ਵਾਂਗ ਮਨਾਈਏ। ਜਿਹੜਾ ਅੱਜ ਦਾ ਸੁਭਾਗਾ ਦਿਨ ਹੈ, ਇਹਦੇ ਸਾਡਾ ਉਦੇਸ਼ ਹੁੰਦਾ, ਸਾਡਾ ਉਦਮ ਹੁੰਦਾ ਹੈ ਕਿ ਜਿਹੜੇ ਬੱਚਿਆਂ ਦਾ ਕੋਈ ਵੀ ਜਨਮ ਦਿਨ ਨਹੀਂ ਮਨਾਉਂਦਾ, ਜਿਹੜੇ ਕਿ ਹੈਂਡੀਕੈਪ ਬੱਚੇ ਹੋਸਟਲ 'ਚ ਰਹਿੰਦੇ ਨੇ, ਸਕੂਲਾਂ 'ਚ ਪੜ੍ਹਦੇ ਨੇ, ਜਾਂ ਖਾਸ ਕਰਕੇ ਜਿਹੜੇ ਔਰਫਨ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਇੰਨੇ, ਉਹਨਾਂ ਦਾ ਕੋਈ ਵੀ ਆਪਣਾ ਸੰਸਾਰ ਦੇ ਅੰਦਰ ਹੈਪੀ ਬਰਥਡੇ ਨਹੀਂ ਮਨਾਉਂਦਾ। ਔਰ ਸਾਡੀ ਇਹ ਗੁਰੂ ਅਰਜਨ ਕੀਰਤਨ ਮੰਡਲ ਦੇ ਨਾਲ ਇਹ ਪ੍ਰੇਰਨਾ ਹੋਈ ਕਿ ਅਸੀਂ ਇੱਕ ਨਵੀਂ ਰੀਤ ਚਲਾਈਏ ਪਟਿਆਲਾ ਸ਼ਹਿਰ ਦੇ ਅੰਦਰ, ਜਿੱਥੇ ਕਿ ਅਸੀਂ ਇੱਕ ਦਿਨ ਮੁਕਰਰ ਕਰਕੇ ਹਰ ਸਾਲ ਅਮਰ ਆਸ਼ਰਮ ਔਰ ਗੁਰੂ ਅਰਜਨ ਕੀਰਤਨ ਮੰਡਲ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਬੱਚਿਆਂ ਦਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਉਹਨਾਂ ਦਾ ਅਸੀਂ ਬਰਥਡੇ ਮਨਾਈਏ। ਇਹ ਤਕਰੀਬਨ 16 ਸਾਲ ਹੋ ਗਏ ਨੇ ਗੁਰੂ ਅਰਜਨ ਕੀਰਤਨ ਮੰਡਲ ਵੱਲੋਂ ਮਾਸਟਰ ਤਰਲੋਚਨ ਸਿੰਘ ਜੀ ਦੀ ਪ੍ਰੇਰਨਾ ਦੇ ਨਾਲ। ਜਿਹੜਾ ਸਰਦਾਰ ਅੰਮ੍ਰਿਤ ਸਿੰਘ ਕੰਬੋਜ ਦਾ ਜਿਹੜਾ ਜਨਮ ਦਿਨ ਹੈ, ਉਹ ਅਸੀਂ ਉਹਨਾਂ ਦੇ ਜਿਹੜੀ ਸ਼ਾਨ ਦੇ ਵਿੱਚ ਉਹਨਾਂ ਨੂੰ ਮਨਾਉਣ ਵਾਸਤੇ, ਜਿਹੜਾ ਬੱਚੇ ਯਤੀਮ ਬੱਚੇ ਨੇ, ਬੇਸਹਾਰਾ ਬੱਚੇ ਨੇ, ਕੁਸ਼ਟ ਆਸ਼ਰਮ ਦੇ ਜਿਹੜੇ ਰੋਗੀ ਨੇ, ਜਾਂ ਹੋਰ ਜਿਹੜੇ ਵੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ, ਅਸੀਂ ਉਹਨਾਂ ਦਾ ਸਮੂਹਕ ਤੌਰ 'ਤੇ ਜਨਮ ਦਿਨ ਮਨਾਉਂਦੇ ਹਾਂ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।